17ਵੀਂ ਸਦੀ ਦੀ ਸਿੱਖ ਤਵਾਰੀਕ ਇਤਿਹਾਸ ਤੋਂ ਪੜ੍ਹਿਆ ਸੀ ਕਿ ਜਦੋਂ ਖਾਲਸਾ ਪੰਥ ਜੰਗਲਾਂ ਯੁੱਧਾਂ ਵਿੱਚ ਰਿਹਾ ਉਦੋਂ ਸਾਡੇ ਪਵਿੱਤਰ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਉਦਾਸੀਆਂ ਨਿਰਮਲਿਆਂ ਮਹਾਂਪੁਰਸ਼ਾਂ ਨੇ ਕੀਤੀ, ਪਰ ਅੱਜ ਪੰਜਾਬ ਵਿੱਚ ਆਏ ਹੜ੍ਹਾਂ ਸਮੇਂ ਅੱਖੀਂ ਵੇਖ ਲਿਆ। ਇਹ ਕਹਿਣਾ ਹੈ ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਦਾ, ਜਿਨ੍ਹਾਂ ਨੇ ਇਹ ਪੋਸਟ ਆਪਣੇ ਫੇਸਬੁੱਕ ਖਾਤੇ 'ਤੇ ਸਾਂਝੀ ਕੀਤੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਨਿਰਮਲ ਸੰਪਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਹੜ੍ਹਾਂ ਵਿੱਚ ਘਿਰੇ ਹੋਏ ਪਿੰਡਾਂ 'ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਮਰਿਆਦਾ ਸਹਿਤ ਬਾਹਰ ਲਿਆ ਰਹੇ ਨੇ। ਪਰ ਉਹ ਲੋਕ ਕਿੱਥੇ ਚਲੇ ਗਏ ਜਿਹੜੇ ਚੀਖ ਚੀਖ ਕੇ ਕਹਿੰਦੇ ਸੀ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹਾਂ। ਮੇਰੀ ਸਮਝ ਮੁਤਾਬਕ ਮਹਾਰਾਜ ਜੀ ਨੂੰ ਮੰਨਣ ਵਾਲੇ ਭਾਵਨਾ ਵਾਲੇ ਕਦੇ ਦਾਅਵੇ ਨਹੀਂ ਕਰਿਆ ਕਰਦੇ ਅਤੇ ਦਾਅਵੇ ਵਾਲੇ ਕਦੇ ਕਿਸੇ ਇਸ਼ਟ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦੇ। ਸਿੱਖ ਧਰਮ ਦੇ ਅਯੋਕੇ ਸਾਧੂਆਂ ਸੰਤਾਂ ਸੰਸਥਾਵਾਂ ਨੇ ਪੂਰੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਰਿਆਵਾਂ ਦੇ ਬੰਨ ਪੂਰੇ, ਲੰਗਰ ਲਗਾਈ, ਫਸੇ ਲੋਕਾਂ ਨੂੰ ਬਾਹਰ ਕੱਢਿਆ, ਪਰ ਆਪਣੇ ਆਪ ਨੂੰ ਤੱਤ ਗੁਰਮਤ ਅਤੇ ਪਿਓਰ ਸਿੱਖ ਕਹਾਉਣ ਵਾਲੇ ਇਹਨਾਂ ਸਾਧੂਆਂ ਸੰਤਾਂ ਨੂੰ RSS ਕਹਿਣ ਵਾਲੇ ਕਿਤੇ ਰੜਕੇ ਹੀ ਨਹੀਂ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।